ਕਰਨਾ ਚਾਹੁੰਦੇ ਹਾਂ ਮਹਾਰਾਜ ਦਾ ਜੀ, ਕਿ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਦਰਸ਼ਨੀ ਦੀਦਾਰ ਬਖਸ਼ੇ ਨੇ, ਸ਼ੁਕਰਾਨਾ ਕਰਨ ਆਏ ਹਾਂ। ਔਰ ਇਸ ਕਲਯੁੱਗ 'ਚ ਜਿੱਥੇ ਅਸੀਂ ਵਿਚਰ ਰਹੇ ਹਾਂ, ਸਾਡੇ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ। ਅਸੀਂ ਦੁਨਿਆਵੀ ਜੀਵਾਂ, ਮਨਮੁਖੀ ਜੀਵਾਂ, ਅਤੇ ਮਹਾਰਾਜ ਦੇ ਚਰਨਾਂ 'ਚ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫ਼ੀ ਲੈਣ ਆਏ ਹਾਂ ਕਿ ਮਹਾਰਾਜ ਸਾਨੂੰ ਸਮਤ ਬਖਸ਼ੋ ਔਰ ਆਪਣੇ ਚਰਨਾਂ ਨਾਲ ਜੋੜੋ। ਕੋਟਨ ਕੋਟ ਸ਼ੁਕਰਾਨਾ ਕਰਨ ਆਏ ਹਾਂ। ਜਿਹੜਾ ਕਾਰਜ ਮਹਾਰਾਜ ਨੇ ਸਾਨੂੰ ਬਖਸ਼ਿਆ, ਉਸ ਕਾਰਜ ਦੇ ਸੰਬੰਧ ਅਸੀਂ ਬੀਬੀ ਰਜਨੀ ਫਿਲਮ ਬਣਾਈ ਹੈ, ਜੋ ਸਿੱਖ ਇਤਿਹਾਸ ਦਾ ਬਹੁਤ ਵੱਡਾ ਪਹਿਲੂ ਆਪਦੇ ਆਪ 'ਚ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਜਿਸ ਧਰਤੀ 'ਤੇ ਖੜ੍ਹੇ ਹਾਂ। ਕਿਵੇਂ ਬੀਬੀ ਰਜਨੀ ਨੂੰ ਇੱਕ ਭਰੋਸੇ ਦੇ ਰੂਪ 'ਚ ਉਹਨਾਂ ਨੇ ਇੰਨਾ ਸਿਦਕ ਬਖਸ਼ਿਆ ਔਰ ਪ੍ਰੇਮ ਬਖਸ਼ਿਆ। ਬੀਬੀ ਰਜਨੀ ਦਾ ਟੁੱਟ ਭਰੋਸਾ ਅੱਜ ਦੇ ਸਮਾਜ 'ਚ ਪੈਰ ਪੈਰ 'ਤੇ ਸਾਡੇ ਕੰਮ ਆਉਂਦਾ। ਅਸੀਂ ਉਹਨਾਂ ਤੋਂ ਯਕੀਨ ਲੈ ਕੇ, ਭਰੋਸਾ ਲੈ ਕੇ ਪਰਮਾਤਮਾ 'ਚ ਯਕੀਨ ਰੱਖਦੇ ਹਾਂ। ਔਰ ਅੱਗੇ ਲਈ ਵੀ ਅਸੀਂ ਇਹ ਕਾਰਜ ਨੇ ਜਿਹੜੇ ਪੰਥ ਭਲਾਈ ਦੇ, ਔਰ ਸਾਡਾ ਜਿਹੜਾ ਸਿੱਖ ਇਤਿਹਾਸ ਹੈ, ਸਿੱਖ ਹਿਸਟਰੀ ਹੈ, ਉਹਦੇ 'ਤੇ ਗੀਤ ਵੀ ਕਰਦੇ ਰਹਾਂਗੇ ਔਰ ਫਿਲਮਾਂ ਵੀ ਮਹਾਰਾਜ ਸਾਡੇ ਤੋਂ ਬਣਵਾਉਣਗੇ। ਸ਼ੁਕਰਾਨਾ ਕਰਨ ਆਏ ਹਾਂ। ਔਰ 30 ਅਗਸਤ ਨੂੰ ਬੀਬੀ ਰਜਨੀ ਸਾਡੀ ਜਿਹੜੀ ਫਿਲਮ ਹੈ ਵਰਲਡ ਵਾਈਡ ਰਿਲੀਜ਼ ਹੋਊਗੀ। ਸੋ ਮੈਂ ਸਭ ਨੂੰ ਬੇਨਤੀ ਕਰਦਾ, ਮੈਂ ਦਰਬਾਰ ਸਾਹਿਬ ਦੇ ਅੱਗੇ ਖੜ੍ਹਾ, ਸਿੱਖ ਲਈ ਦਰਬਾਰ ਸਾਹਿਬ ਤੋਂ ਉੱਤੇ ਦੁਨੀਆ 'ਚ ਹੋਰ ਕੁਛ ਨਹੀਂ। ਮੈਂ ਬਸ ਇਹੀ ਬੇਨਤੀ ਕਰੂੰਗਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਪਰਿਵਾਰਾਂ ਨੂੰ, ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜੀਏ। ਅਸੀਂ ਆਪਣਾ ਫਰਜ਼ ਪੂਰਾ ਕੀਤਾ, ਜਿਨ੍ਹਾਂ ਮੇਕਰਸ ਨੇ ਫਿਲਮ ਬਣਾਈ ਹੈ, ਸਾਰੀ ਟੀਮ ਨੇ ਫਿਲਮ ਬਣਾਈ ਹੈ, ਬਹੁਤ ਜੀ ਜਾਨ ਨਾਲ ਔਰ ਬਹੁਤ ਪਿਆਰ ਪ੍ਰੇਮ ਹਲੀਮੀ ਨਾਲ ਫਿਲਮ ਬਣਾਈ ਹੈ। ਹੁਣ ਤੁਸੀਂ ਜਿੱਥੇ ਵੀ ਦੁਨੀਆ 'ਚ ਵੱਸਦੇ ਹੋ, ਆਪਣੀਆਂ ਪਰਿਵਾਰਾਂ ਨਾਲ ਵੱਸਦੇ ਹੋ, ਆਪਣੇ ਬੱਚਿਆਂ ਨਾਲ ਵੱਸਦੇ ਹੋ, ਆਪਣਾ ਫਰਜ਼ ਨਿਭਾਓ ਤਾਂ ਜੋ ਹੋਰ ਆਉਣ ਵਾਲੇ ਸਮੇਂ 'ਚ ਸਿੱਖ ਹਿਸਟਰੀ 'ਤੇ, ਆਪਣੇ ਇਤਿਹਾਸ 'ਤੇ, ਆਪਣੇ ਸੱਭਿਆਚਾਰ 'ਤੇ ਫਿਲਮਾਂ ਬਣ ਸਕਣ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। 30 ਅਗਸਤ ਨੂੰ ਬੀਬੀ ਰਜਨੀ ਜ਼ਰੂਰ ਆਪਦਿਆਂ ਪਰਿਵਾਰਾਂ ਨਾਲ ਦੇਖਣੀ। ਮੇਰਾ ਰਾਜਕੁਮਾਰ ਇੰਦਰ ਦਾ ਰੋਲ ਹੈ, ਜਿਹੜਾ ਕਿ ਫਿਲਮ ਦੇ ਵਿੱਚ ਤੁਸੀਂ ਦੇਖੋਗੇ, ਕਾਫੀ ਅੱਛਾ ਕਰੈਕਟਰ ਹੈ। ਹੁਣ ਮੈਂ ਉਹਨੂੰ ਹਲੇ ਰਿਵੀਲ ਨਹੀਂ ਕਰ ਸਕਦਾ। ਬੀਬੀ ਰਜਨੀ ਜੀ ਦੇ ਨਾਲ ਉਹ ਕਰੈਕਟਰ ਕਾਫੀ ਜ਼ਿਆਦਾ ਰਿਲੇਟ ਕਰਦਾ। ਸੋ ਜਦੋਂ ਤੁਸੀਂ ਫਿਲਮ ਦੇਖੋਗੇ ਉਹਦੇ 'ਚ ਤੁਹਾਨੂੰ ਪਤਾ ਲੱਗੂਗਾ। ਬਹੁਤ ਮਿਹਰਬਾਨੀ। ਹਰਿਮੰਦਰ ਸਾਹਿਬ ਪਹੁੰਚੇ, ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਜੀ ਲੱਗ ਰਿਹਾ, ਅਸੀਂ ਸਾਰੀ ਟੀਮ ਨਾਲ ਆਇਆ, ਬੀਬੀ ਰਜਨੀ ਜੀ ਦੀ ਟੀਮ ਨਾਲ ਆਏ ਹਾਂ, ਅਤੇ ਅਸੀਂ ਹੁਣੇ ਮੱਥਾ ਟੇਕ ਕੇ ਹਟੇ ਹਾਂ, ਤਾਂ ਬਹੁਤ ਵਧੀਆ ਲੱਗ ਗਿਆ। ਅੱਜ ਫਿਲਮ ਜਿਹੜੀ ਤੁਹਾਡੀ ਆ ਰਹੀ ਹੈ ਜੀ, ਉਹਦੇ ਕਰਕੇ ਆਏ ਸੀ? ਨਹੀਂ ਜੀ, ਵੈਸੇ ਵੀ ਆਉਂਦੇ ਰਹਿੰਦੇ ਹਾਂ ਅਸੀਂ, ਬਲੈਸਿੰਗ ਲੈਣ ਆਏ ਹਾਂ ਅਸੀਂ ਸਾਰੀ ਟੀਮ ਆਈ ਹੈ ਜੀ। ਫਿਲਮ 30 ਅਗਸਤ ਨੂੰ ਜੀ। ਅੱਛਾ, ਤੁਹਾਡਾ ਕਿਸ ਤਰ੍ਹਾਂ ਦਾ ਰੋਲ ਹੈਗਾ ਇਸ 'ਚ? ਜੀ ਮੈਂ ਬੀਬੀ ਰਜਨੀ ਜੀ ਦਾ ਰੋਲ ਪਲੇਅ ਕਰ ਰਹੀ ਹਾਂ। ਕਿਰਦਾਰ ਜੋ ਸਰਚ ਨੇ ਪੈਰਾਮੀਟਰ ਕੱਢਿਆ, ਇਤਿਹਾਸਕ ਕਿਤਾਬਾਂ ਪੜ੍ਹ ਕੇ, ਇਤਿਹਾਸਕ ਕਹਾਣੀਆਂ ਸੁਣ ਕੇ, ਜਾਂ ਸ਼੍ਰੋਮਣੀ ਕਮੇਟੀ ਨੇ ਜੋ ਦੱਸਿਆ, ਹਾਂ, ਸੋ ਉਹਦੇ ਹਿਸਾਬ ਨਾਲ ਇੱਕ ਸਕ੍ਰਿਪਟ ਬਣੀ, ਇਹਨਾਂ ਨੇ ਤੇ ਉਹ ਚੈੱਕ ਕੀਤਾ। ਤੁਹਾਨੂੰ ਕਿੱਦਾਂ ਲੱਗਿਆ ਫਿਰ ਬੀਬੀ ਜੀ ਦਾ ਰੋਲ ਕਰਕੇ? ਬੀਬੀ ਰਜਨੀ ਦਾ ਐਡਾ ਵੱਡਾ ਇਤਿਹਾਸ ਆ ਉਹਨਾਂ ਦਾ ਜੀ, ਤਾਂ ਤੁਹਾਨੂੰ ਰੋਲ ਕਰਕੇ ਕਿੱਦਾਂ ਦਾ ਲੱਗਿਆ? ਸਾਡੀ ਸਾਰੀ ਟੀਮ ਲਈ ਜੀ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਟੀਮ ਦਾ ਹਿੱਸਾ ਆਏ, ਅਸੀਂ ਇਸ ਫਿਲਮ ਦਾ ਹਿੱਸਾ ਆਏ, ਬਹੁਤ ਵਧੀਆ ਲੱਗਿਆ ਜੀ। ਠੀਕ ਹੈ।